ਇਸ ਸਿਟੀ ਮੋਂਟੈਂਸਰੀ ਸਕੂਲ ਗਿੱਦੜਬਾਹਾ ਜੋ ਕਿ MD ਸਤਪਾਲ ਸ਼ਰਮਾ ਜੀ ਵੱਲੋਂ ਆਪਣੇ ਸਮੁੱਚੇ ਸਟਾਫ ਦੇ ਸਹਿਯੋਗ ਸਦਕਾ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ, ਜਿੱਥੇ ਕਿ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਕੀੜਾ ਨਹੀਂ ਬਣਾਇਆ ਜਾਂਦਾ ਸਗੋਂ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਤਾਂ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਰੁਚੀ ਵੱਧ ਸਕੇ। ਸਕੂਲ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੀ ਮੰਗ ਅਨੁਸਾਰ ਹਰ ਆਧੁਨਿਕ ਸੁਵਿਧਾ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਵਿੱਚ ਸਾਫ਼ ਸੁਥਰੇ ਸਮਾਰਟ ਕਲਾਸਰੂਮ, ਕੰਪਿਊਟਰ ਲੈਬ, ਸਾਇੰਸ ਲੈਬ, ਲਾਇਬ੍ਰੇਰੀ, ਟ੍ਰਾਂਸਪੋਰਟ ਅਤੇ ਖਾਸ ਤੌਰ ਤੇ CCTV ਕੈਮਰੇ, ਜਿਸ ਰਾਹੀਂ ਬੱਚਿਆਂ ਦੀ ਹਰ ਗਤੀਵਿਧੀ ਤੇ ਧਿਆਨ ਰੱਖਿਆ ਜਾਂਦਾ ਹੈ। ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਵੱਖ ਵੱਖ ਗਤੀਵਿਧੀਆਂ ਨਾਲ ਵੀ ਜੋੜਿਆ ਜਾਂਦਾ ਹੈ ਤਾਂ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ, ਜਿਸ ਬਾਰੇ ਸਕੂਲ ਦੇ ਵਿਦਿਆਰਥੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ। ਹੈਲੋ ਫਰੈਂਡਸ, ਮਾਈਸੈਲਫ ਰਿਚੀ। ਆਈ ਹੈਵ ਬੀਨ ਸਟੱਡੀਇੰਗ ਇਨ ਦਿਸ ਸਕੂਲ ਸਿੰਸ ਨਰਸਰੀ ਸਟੈਂਡਰਡ ਐਂਡ ਐਟ ਦੈਟ ਟਾਈਮ ਨੋ ਵਨ ਨਿਊ ਦ ਨੇਮ ਆਫ ਅਵਰ ਸਕੂਲ ਐਂਡ ਕਰੰਟਲੀ ਅਵਰ ਸਕੂਲ ਹੈਜ਼ ਰੇਜ਼ਡ ਇਟਸ ਸਟੈਂਡਰਡ ਐਟ ਗ੍ਰੇਟ ਹਾਈਟਸ। ਪ੍ਰੈਜੈਂਟਲੀ ਐਵਰੀਵਨ ਨੋ ਦ ਨੇਮ ਆਫ SCT-1 Nancy ਸਕੂਲ ਐਜ਼ ਇਟ ਇਜ਼ ਕਾਊਂਟਰਡ ਅਮੰਗ ਦ ਟੋਪ ਸਕੂਲਸ ਇਨ ਅਵਰ ਏਰੀਆ। My school has not only helped me excel in studies, but has also helped me in honing my skills for co-curriculum activities, where I can confidently compete with other schools and bring accolades home. The school is not my second home, but even it is my first home, where I spend more than half of my day. I have no grievances, because I sincerely believe that we have been given a great exposure here, and not only imparted the knowledge through the medium of books, but also through the practical learning sessions. ਗੱਲ ਇਹ ਹੈ ਕਿ ਸ਼੍ਰੀ ਸਤਪਾਲ ਸ਼ਰਮਾ ਜੀ ਵੱਲੋਂ ਸਮੇਂ ਸਮੇਂ ਤੇ ਬੱਚਿਆਂ ਦੇ ਮਾਤਾ ਪਿਤਾ ਅਤੇ ਆਪਣੇ ਸਟਾਫ ਨਾਲ ਖਾਸ ਮੀਟਿੰਗ ਕੀਤੀ ਜਾਂਦੀ ਹੈ ਤਾਂ ਜੋ ਬੱਚਿਆਂ ਦਾ ਭਵਿੱਖ ਹੋਰ ਉਜਵਲ ਕੀਤਾ ਜਾ ਸਕੇ।
let us revise about the skeleton system. This is our skeleton system. A hard framework of bones which gives shape and support to our body is called skeleton. It protects our internal organs. Now here are some components of skeleton system. This is our skull. Skull protects our brain. It is made up of flat, hard and strong bones. This is our ribcage. Ribcage protects our heart and lungs. Front bone is known as breastbone and back bone is known as spine. 10 pair of ribs are attached to breastbone and spine, but only 2 pair of ribs are not attached to breastbone. They are attached to spine. This is a vertebral column. There are 33 vertebrae in a vertebral column. It protects our spinal cord. This is a hip girdle. Hip girdle protects our kidneys and urinary bladder. Look at this place. This place is known as joint, where two or more bones are connected. Joints are of two types, movable and immovable joints. This is a gliding joint. This is an example of movable joint, which can glide over each other. This is a pivot joint. This is an example of movable joint. It can glide, it can move over each other. Next one is hinge joint. Elbow can move in one direction. This is an example of hinge joint. Example, knee. This is a ball and socket joint. They can move in many directions. This is a shoulder girdle and hip girdle. They are example of ball and socket joint. Thank you. ਸਕੂਲ ਦੇ ਐਮਡੀ ਸਤਪਾਲ ਸ਼ਰਮਾ ਜੀ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਨਾਮ ਸਤਪਾਲ ਸ਼ਰਮਾ, ਮੈਂ ਸਿਟੀ ਮੌਂਟੇਸਰੀ ਸਕੂਲ ਗਿੱਦੜਵਾਹਾ ਦਾ ਐਮਡੀ। ਦੋਸਤੋ, ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਸਕੂਲ ਬਾਰੇ ਕਿ ਕਿਸ ਤਰ੍ਹਾਂ ਦਾ ਇੱਕ ਸਾਡਾ ਸਕੂਲ ਜੋ ਅਸੀਂ ਚਲਾ ਰਹੇ ਹਾਂ, ਇਹਦੇ ਵਿੱਚ ਅਸੀਂ ਇੱਕ ਡੇ ਬੋਰਡਿੰਗ ਔਰ ਪੂਰੀ ਰਿਸਪੋਂਸੀਬਿਲਟੀ ਨਾਲ ਅਸੀਂ ਜੋ ਬੱਚਿਆਂ ਨੂੰ ਦੇ ਸਕਦੇ ਹਾਂ ਉਹ ਦੇਣ ਦੀ ਕੋਸ਼ਿਸ਼ ਹੈ। ਜੋ ਮੇਨ ਗੱਲ ਇਹਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਹਾਂ ਉਹ ਇਹ ਹੈ ਵੀ ਜੋ ਨੌਲੇਜ ਹੈ ਉਹ ਕਿਸੇ ਵੀ ਇਨਸਾਨ ਨੂੰ ਪੰਜੇ ਗਿਆਨ ਇੰਦਰੀਆਂ ਦੇ ਥਰੂ ਹੀ ਮਿਲਦੀ ਹੈ। ਹਰ ਬੱਚੇ ਦੀ ਇੱਕ ਡਿਫਰੈਂਟ ਗਿਆਨ ਇੰਦਰੀ ਜਿਹੜੀ ਉਹ ਐਕਟਿਵ ਹੁੰਦੀ ਹੈ। ਉਸ ਗਿਆਨ ਇੰਦਰੀ 'ਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੰਸਨਟ੍ਰੇਟ ਕਰਦੇ ਹਾਂ, ਉਹਦੀ ਜੋ ਬੇਸਿਕ ਕੁਆਲਿਟੀ ਹੈ ਉਸਨੂੰ ਉਭਾਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਉਸਦਾ ਇੱਕ ਮੇਨ ਰਿਜ਼ਲਟ ਜੋ ਬੇਸਿਕ ਜੋ ਉਸਦੇ ਅੰਦਰ ਹੈ ਉਹ ਬਾਹਰ ਆ ਸਕੇ ਅਤੇ ਬੱਚਾ ਜੋ ਹੈ ਉਹ ਸਾਡੇ ਸਕੂਲ ਦਾ ਔਰ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰ ਸਕੇ। ਸਰ, ਸਕੂਲ ਦੇ ਵਿੱਚ ਕਿਹੜੀਆਂ ਕਿਹੜੀਆਂ ਫੈਸਿਲਿਟੀਜ਼ ਜਾਂ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਤੁਸੀਂ ਬੱਚਿਆਂ ਨੂੰ ਕਰਵਾਉਂਦੇ ਰਹੇ ਹੋ ਤਾਂ ਕਿ ਜਿਹੜਾ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਹੋ ਸਕੇ? ਸਰ, ਇਸ ਤਰ੍ਹਾਂ ਵੀ ਸਕੂਲ ਦੇ ਵਿੱਚ ਅਸੀਂ ਲਗਭਗ ਜੋ ਬੱਚੇ ਦੇ ਲਈ ਜ਼ਰੂਰੀ ਹੈ ਸਭ ਤੋਂ ਪਹਿਲਾਂ ਅਸੀਂ ਯੋਗ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਯੋਗ ਮਤਲਬ ਜੁੜਨਾ। ਤਾਂ ਪਹਿਲਾਂ ਅਸੀਂ ਉਹਨੂੰ ਉਹਦੇ ਆਪ ਨਾਲ ਜੋੜਦੇ ਹਾਂ, ਫਿਰ ਸਟੱਡੀ ਦੇ ਜੋ ਡਿਫਰੈਂਟ ਪਾਰਟਸ ਹੈ ਯਾਨੀ ਕਿ ਸਪੋਰਟਸ ਦੇ ਹੋਰ ਸਪੋਰਟਸ ਹੋ ਗਿਆ ਜਾਂ ਸਟੱਡੀ ਦੀ ਜੋ ਅਦਰ ਮਟੀਰੀਅਲਸ ਹੈ ਫਿਰ ਉਹਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਬੱਚੇ ਦਾ ਰਿਸਪੋਂਸ ਚੈੱਕ ਕਰਕੇ ਫਿਰ ਅਸੀਂ ਉਸ ਦੇ ਮੁਤਾਬਕ ਉਸ 'ਤੇ ਕੰਮ ਕਰਦੇ ਅਤੇ ਡੇ ਬੋਰਡਿੰਗ ਹੋਣ ਦੇ ਕਾਰਨ ਅਸੀਂ ਜ਼ਿਆਦਾਤਰ ਪੇਰੈਂਟਸ ਨੂੰ ਕੋਈ ਜ਼ਿਆਦਾ ਬੋਦਰ ਨਹੀਂ ਕਰਦੇ। ਸਾਰਾ ਵਰਕ ਜੋ ਹੈ ਉਹ ਸਕੂਲ 'ਚ ਹੀ ਕਰਾਇਆ ਜਾਂਦਾ ਹੈ ਔਰ ਹੋਮਵਰਕ ਨਹੀਂ ਹੁੰਦਾ ਕੁਛ ਵੀ, ਸਭ ਕੁਝ ਕਲਾਸ ਵਰਕ ਹੀ ਹੁੰਦਾ ਹੈ ਔਰ ਓਵਰਆਲ ਬੱਚੇ ਦੀ ਜੋ ਬੇਸਿਕ ਜੋ ਉਹਦੇ ਵਿੱਚ ਕੁਆਲਿਟੀ ਹੈ ਉਸ ਨੂੰ ਨਿਖਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਹੜੇ ਬੱਚੇ ਇਸ ਤਰ੍ਹਾਂ ਦੇ ਹੈ ਜਿਨ੍ਹਾਂ ਦੀ ਪੇਇੰਗ ਕੈਪੈਸਿਟੀ ਨਹੀਂ ਹੈ ਉਹਨਾਂ ਲਈ ਵੀ ਸਕੂਲ ਕੁਛ ਨਾ ਕੁਛ ਕਰਦਾ ਹੈ। ਨੈਚੁਰਲੀ ਹੈ ਕਿ ਹਰ ਪੇਰੈਂਟਸ ਚਾਹੁੰਦਾ ਹੈ ਵੀ ਉਹ ਸਾਡਾ ਬੱਚਾ ਜੋ ਹੈ ਉਹ ਵਧੀਆ ਨਿਕਲ ਸਕੇ, ਅੱਗੇ ਕੰਪੀਟੀਸ਼ਨ ਦਾ ਜ਼ਮਾਨਾ ਹੈ ਉਹਦੇ ਵਿੱਚ ਫਿੱਟ ਹੋ ਸਕੇ ਤਾਂ ਉਹਦੇ ਲਈ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ। ਜੇ ਬੱਚੇ ਦੇ ਵਿੱਚ ਅਸੀਂ ਬੱਚਾ ਚੈੱਕ ਕਰਦੇ ਹਾਂ, ਜੇ ਬੱਚੇ ਦੇ ਵਿੱਚ ਕੋਈ ਕੁਆਲਿਟੀ ਹੈ ਤਾਂ ਫਿਰ ਉਸ ਤੋਂ ਅਸੀਂ ਵਿਦਾਊਟ ਫੀਸ ਉਹ ਬੱਚੇ ਨੂੰ ਸਕੂਲ 'ਚ ਰੱਖਦੇ ਹਾਂ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉਹਦੇ ਵਿੱਚੋਂ ਉਹ ਗੁਣ ਕੱਢਿਆ ਜਾਵੇ ਜੋ ਉਹਦੇ ਵਿੱਚ ਹੈ। ਅਤੇ ਕੀ ਪ੍ਰਾਪਤੀਆਂ ਤੁਹਾਡੇ ਸਕੂਲ ਦੀਆਂ ਰਹੀਆਂ ਨੇ ਅੱਜ ਤੱਕ?
ਸਕੂਲ ਦੇ ਵਿੱਚ ਸਾਡੇ ਜੋ ਬੱਚੇ ਆ ਉਹ ਨੈਸ਼ਨਲ ਲੈਵਲ ਤੱਕ ਯੋਗਾ, ਇੰਟਰਨੈਸ਼ਨਲ ਲੈਵਲ ਤੱਕ ਕਰਾਟੇ, ਔਰ ਜੋ ਦੋ ਸਾਡੀ ਸਕੂਲ ਦੀਆਂ ਮੇਨ ਗੇਮ ਹੈ ਉਹਦੇ ਵਿੱਚ ਬੱਚਿਆਂ ਨੇ ਆਪਣੇ ਆਪ ਨੂੰ ਸ਼ੋਅ ਕੀਤਾ। ਪਿੱਛੇ ਜੇ ਸਾਡਾ ਫੰਕਸ਼ਨ ਹੋਇਆ ਸੀ, ਐਨੂਅਲ ਫੰਕਸ਼ਨ ਜੋ ਜਸਟ ਐਸੇ ਨਵੰਬਰ ਦੇ ਵਿੱਚ ਹੋਇਆ, ਉਹਦੇ ਵਿੱਚ ਸਾਡੇ ਜੋ ਜ਼ਿਲ੍ਹਾ ਅਫਸਰ ਜੋ DO ਸਾਹਿਬ ਹੈ ਉਹ ਆ ਕੇ ਉਹਨਾਂ ਨੇ ਸਨਮਾਨਿਤ ਵੀ ਕੀਤਾ ਬੱਚਿਆਂ ਨੂੰ, ਅਤੇ ਬੜੇ ਖੁਸ਼ ਹੋਏ ਉਹ ਬੱਚਿਆਂ ਦੀ ਪਰਫੋਰਮੈਂਸ ਤੋਂ, ਅਤੇ ਅਸੀਂ ਵੀ ਬੜੇ ਖੁਸ਼ ਹਾਂ ਉਹਨਾਂ ਦੀ ਪਰਫੋਰਮੈਂਸ ਤੋਂ।